निकंदन अमरदास गुर हृदयामो हृदयामो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहो तेग बहादुर परम कृपाला परम कृपाला श्री गुरु गोविंद सिंह विशाला तरों धरा पर पुन पुन सीसा पुन पुन सीसा बंद हूँ बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों करे अनुराग श्री गुरु शब्द कमाए जिन जीते पंच विकार तेन संतन को बंदना सिर चरणन पर एक अंकारा सतगुरु तेह प्रसाद सच हो वाहे गुरु जी की फतेह विघ्न विनाशन सोए तन तन सच्चे पातशाह गरीब नवाज अंतरजामी दीन दुनिया दे मालक चबर छत्र तखत दे मालक समरथ सतगुरु प्रतख सतगुरु दीन दयाल कृपाल अंतरजामी पूर्ण पार ब्रह्म परमेश्वर सुखां दे सागर महान बख्शिशां रहमतां वरताउण वाले सच्चे पातशाह सारिआं दा ही भला करन वाले मेहरां करन वाले दया करन वाले मुकत भुगत जुगत दे दाते सतगुरु पूरन पार ब्रह्म परमेश्वर वाहेगुरु अकाल पुरख स्वरूप सच्चे पातशाह लोक परलोक के मालक हाजरा हजूर जहरा जहूर सर्ब कला भरपूर सच्चे पातशाह जी महाराज धन धन सतगुरु श्री गुरु ग्रंथ साहिब जी महाराज धन धन 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 श्री गुरु ग्रंथ साहिब जी महाराज हजूर सच्चे पातशाह जी की पवित्र हजूरी विच बैठ के सज के आप जी ने गुरबाणी का रस पीना कीर्तन सरवण किया जिदा भाव यह सी जिदा मालक वड्डा होवे ओनू कोई भी मार नहीं जी सकता जी जिसका साहेब डाढ़ा होए तिसनों मार ना सके कोई गुरबाणी का अमृतमई रसमई कीर्तन सुख देने वाला कीर्तन जिस कीर्तन नू सुन के वड्डियां अवस्थावां प्राप्त हुंदियां ने ओ कीर्तन आप जी ने सरवण किया आओ हुण बड़े प्यार दे नाल दास दी ते अपनी हाजरी सच्चे पातशाह श्री गुरु ग्रंथ साहिब जी दे चरणां विच लवाओ जी
ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਉਚਾਰਨ ਕਰੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਆਪ ਸਭ ਸੰਗਤਾਂ ਹੀ ਬੜੇ ਪ੍ਰੇਮ ਨਾਲ ਸਰਵਣ ਕਰਦੇ ਹੋ। ਸੰਗਤ ਜੀ ਆਪ ਜੀ ਨੇ ਸਰਵਣ ਕੀਤਾ ਸਤਿਗੁਰੂ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਦੀਵਾਨ ਵਿੱਚ ਸੱਜੇ ਸਨ। ਸੱਜੇ ਹੋਏ ਦੀਵਾਨ ਦੇ ਵਿੱਚ ਗੋਇੰਦਵਾਲ ਸਾਹਿਬ ਤੋਂ ਆਏ ਹੋਏ ਸਿੱਖ ਨੇ ਖਬਰ ਸੁਣਾਈ, ਮਹਾਰਾਜ ਗੋਇੰਦਵਾਲ ਸਾਹਿਬ ਵਿੱਚ ਰਹਿ ਰਹੇ ਸਿੱਖ ਸੰਤ ਮਨੋਹਰ ਦਾਸ ਜੀ ਉਹਨਾਂ ਨੇ ਸਰੀਰ ਤਿਆਗ ਦਿੱਤਾ ਜੀ। ਬੜੀ ਕਮਾਈ ਵਾਲੇ ਸਨ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸੁਣਿਆ ਬੈਰਾਗ ਵੀ ਕੀਤਾ, ਨੇਤਰ ਬੰਦ ਕੀਤੇ ਗੁਰੂ ਜੀ ਨੇ ਅਤੇ ਦੋ ਘੜੀਆਂ ਅਡੋਲ ਬੈਠੇ ਰਹੇ ਸੱਚੇ ਪਾਤਸ਼ਾਹ। ਫਿਰ ਮਹਾਰਾਜ ਨੇਤਰ ਖੋਲ੍ਹ ਕੇ ਕਹਿਣ ਲੱਗੇ ਵੀ ਵਾਹ ਵਾਹ, ਸੰਤ ਮਨੋਹਰ ਦਾਸ ਸੁਣੀ ਅਤੇ ਸੱਚਖੰਡ ਹੀ ਵੱਸ ਕੇ ਕਹਿਣ ਲੱਗੇ, ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਸ਼ਬਦ ਬੜਾ ਵੱਡਾ ਅਤੇ ਬੜੀ ਵੱਡੀ ਪ੍ਰਾਪਤੀ ਵਾਲਾ ਸ਼ਬਦ ਹੈ ਜੀ। ਜਦੋਂ ਇਹ ਸ਼ਬਦ ਵਰਤੇ ਨਾਲੇ ਮਹਾਰਾਜ ਨੇ ਕਿਹਾ, ਮਹਾਰਾਜ ਕਹਿੰਦੇ ਤੁਹਾਨੂੰ ਪਤਾ ਵੀ ਐਸਾ ਕਿਉਂ ਹੋਇਆ? ਕਹਿਣ ਲੱਗੇ ਜੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਕੀ ਦੱਸੀਏ, ਸਾਰੇ ਸਿੱਖ ਸ਼ਾਂਤ ਸਨ। ਕਸ਼ਮੀਰ ਤੋਂ ਆਏ ਹੋਏ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੈਂ ਉਹਨਾਂ ਦੇ ਗੋਇੰਦਵਾਲ ਸਾਹਿਬ ਦਰਸ਼ਨ ਕੀਤੇ ਸਨ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜਦੋਂ ਬਾਲ ਰੂਪ ਵਿੱਚ ਸਨ ਅਤੇ ਮਨੋਹਰ ਦਾਸ ਜੀ ਗੋਦ ਵਿੱਚ ਬਿਠਾ ਕੇ ਉਹਨਾਂ ਨੂੰ ਜਲ ਪਾਣੀ ਛਕਾਉਂਦੇ ਹੁੰਦੇ ਸਨ, ਉਹਨਾਂ ਨੂੰ ਦਹੀਂ ਛਕਾਉਂਦੇ ਹੁੰਦੇ ਸਨ। ਗੁਰੂ ਅਮਰਦਾਸ ਸਾਹਿਬ ਜੀ ਦੇ ਪਰਿਵਾਰ ਦੀ ਬੜੀ ਸੇਵਾ ਕੀਤੀ ਮਨੋਹਰ ਦਾਸ ਜੀ ਉਹਨਾਂ ਨੇ। ਪੂਰਨਮਾਸ਼ੀ ਵਾਲੇ ਦਿਨ ਜਦੋਂ ਵੱਡਾ ਦੀਵਾਨ ਸਜਦਾ ਸੀ ਅਤੇ ਉਦੋਂ ਫਿਰ ਮਨੋਹਰ ਦਾਸ ਜੀ ਬੜੀ ਵੱਡੀ ਗਿਣਤੀ ਵਿੱਚ ਲੰਗਰ ਤਿਆਰ ਕਰਦੇ ਸਨ। ਭਾਰੀ ਗਿਣਤੀ ਵਿੱਚ ਲੰਗਰ ਤਿਆਰ ਕਰਨਾ, ਸਿੱਖ ਸੰਗਤਾਂ ਨੂੰ ਛਕਾਉਣਾ। ਸੱਚੇ ਪਾਤਸ਼ਾਹ ਇੱਕ ਗੱਲ ਹੋਰ, ਜਿਹੜੇ ਮਨੋਹਰ ਦਾਸ ਜੀ ਸਨ ਉਹ ਚੁਬਾਰਾ ਸਾਹਿਬ ਕੀਰਤਨ ਕਰਦੇ ਹੁੰਦੇ ਸੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਚੁਬਾਰਾ ਸਾਹਿਬ ਉਹ ਅਸਥਾਨ ਹੈ ਸਾਧ ਸੰਗਤ ਜੀ ਜਿੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਿੱਲੀ ਫੜ ਕੇ ਵਾਹਿਗੁਰੂ ਜੀ ਦੀ ਭਗਤੀ ਕਰਦੇ ਰਹੇ ਜੀ। ਅਤੇ ਸਾਨੂੰ ਜੀਵਾਂ ਨੂੰ ਦੱਸਿਆ ਗੁਰੂ ਨੂੰ ਭਗਤੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਜੀ, ਬੰਦਾ ਆਖੇ ਗੁਰੂ ਨੂੰ ਵੀ ਭਗਤੀ ਕਰਨ ਦੀ ਜ਼ਰੂਰਤ ਹੈ? ਇਹ ਤੇ ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਸਾਨੂੰ ਦੱਸਣਾ ਵੀ ਕਿਸ ਤਰੀਕੇ ਨਾਲ ਭਗਤੀ ਕਰਨੀ ਹੈ, ਭਾਵ ਸਰੀਰ ਵੀ ਸਾਵਧਾਨ ਹੋਵੇ ਅਤੇ ਮਨ ਵੀ ਸਾਵਧਾਨ ਹੋਵੇ, ਫਿਰ ਵਾਹਿਗੁਰੂ ਜੀ ਦੀ ਭਗਤੀ ਕਰਨੀ ਹੈ ਜੀ। ਸੱਚੇ ਪਾਤਸ਼ਾਹ ਮਹਾਰਾਜ ਨੇ ਗੁਣ ਸੁਣੇ, ਨਾਲ ਹੀ ਮਹਾਰਾਜ ਨੇ ਵਿਚਾਰ ਬਣਾਇਆ ਵੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਰਿਵਾਰ ਦੀ ਸੇਵਾ ਸੰਤ ਮਨੋਹਰ ਦਾਸ ਜੀ ਉਹਨਾਂ ਨੇ ਕੀਤੀ ਹੈ ਅਤੇ ਸਾਨੂੰ ਬਹੁਤ ਸਮਾਂ ਹੋ ਗਿਆ ਗੁਰੂ ਜੀ ਦੇ ਪਰਿਵਾਰ ਦੀ ਸੇਵਾ ਨਹੀਂ ਕੀਤੀ ਗਈ ਜੀ। ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਤੇ ਸਰੀਰ ਤਿਆਗ ਚੁੱਕੇ ਸਨ, ਸਤਿਗੁਰਾਂ ਦੇ ਪੋਤਰੇ ਬਾਬਾ ਆਨੰਦ ਜੀ ਉਹ ਅਜੇ ਸਰੀਰ ਕਰਕੇ ਸਨ। ਬਾਬਾ ਆਨੰਦ ਜੀ ਦੇ ਵੱਡੇ ਭਰਾ ਸਨ ਬਾਬਾ ਅਰਥਮੱਲ ਜੀ, ਅਤੇ ਬਾਬਾ ਅਰਥਮੱਲ ਜੀ ਜਦੋਂ ਸ੍ਰੀ ਗੁਰੂ ਅਰਜਨ ਸਾਹਿਬ ਲਾਹੌਰ ਗਏ ਅਤੇ ਬਾਬਾ ਅਰਥਮੱਲ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਤੁਸੀਂ ਨਾ ਸਰੀਰ ਤਿਆਗੋ, ਤੁਹਾਡੀ ਥਾਂ 'ਤੇ ਮੈਂ ਆਪਣਾ ਸਰੀਰ ਛੱਡ ਦੇਣਾ ਜੀ। ਅਤੇ ਉਦੋਂ ਗੁਰੂ ਅਰਜਨ ਸਾਹਿਬ ਨੇ ਬੇਨਤੀ ਕੀਤੀ ਸੀ ਵੀ ਅਰਥਮੱਲ ਜੀ ਤੁਹਾਡੀ ਸੇਵਾ ਪ੍ਰਵਾਨ ਹੋ ਗਈ ਹੈ, ਪਰ ਜਿਹੜੀ ਤੁਹਾਡੀ ਉਮਰ ਹੈ ਗਿਣਤੀ ਦੇ 40 ਦਿਨ ਰਹਿ ਗਈ ਹੈ ਅਤੇ ਤੁਸੀਂ ਆਪਣੀ ਉਮਰ ਪੂਰੀ ਭੋਗੋ, ਸਮਾਂ ਆਏਗਾ ਤੁਸੀਂ ਸਾਡੇ ਵਿੱਚ ਆ ਕੇ ਲੀਨ ਹੋ ਜਾਓਗੇ ਜੀ। ਬਾਬਾ ਆਨੰਦ ਜੀ ਦੇ ਵੱਡੇ ਭਰਾ ਬਾਬਾ ਅਰਥਮੱਲ ਜੀ ਕੁਝ ਦਿਨ ਪਹਿਲਾਂ ਹੀ, ਜਦੋਂ ਗੁਰੂ ਅਰਜਨ ਸਾਹਿਬ ਜੀ ਕਾਫੀ ਸਮੇਂ ਪਹਿਲਾਂ ਵਾਹਿਗੁਰੂ ਸ਼ਹੀਦੀ ਹੋਈ ਸੀਗੀ, ਗੁਰੂ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ 40 ਦਿਨ ਬਾਅਦ ਉਹਨਾਂ ਸਰੀਰ ਛੱਡ ਦਿੱਤਾ ਸੀਗਾ ਜੀ। ਜਿੰਨੇ ਦਿਨ ਬਾਬਾ ਅਰਥਮੱਲ ਜੀ ਰਹੇ ਆਪਣੇ ਆਪ ਨੂੰ ਕੋਸਦੇ ਰਹੇ ਵੀ ਮੈਂ ਕਿਉਂ ਨਹੀਂ ਸਰੀਰ ਛੱਡਿਆ ਗੁਰੂ ਜੀ ਦੀ ਥਾਂ 'ਤੇ, ਜੇ ਗੁਰੂ ਅਰਜਨ ਸਾਹਿਬ ਸੰਸਾਰ ਵਿੱਚ ਰਹਿੰਦੇ, ਸੰਗਤਾਂ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਦੀਆਂ ਅਤੇ ਸੰਸਾਰ ਦਾ ਬੜਾ ਭਲਾ ਹੋਣਾ ਸੀਗਾ ਜੀ। 40 ਦਿਨਾਂ ਬਾਅਦ ਜਪਜੀ ਸਾਹਿਬ ਦਾ ਪਾਠ ਕਰਕੇ ਬਾਬਾ ਅਰਥਮੱਲ ਜੀ ਹੋਣਾ ਸਰੀਰ ਤਿਆਗ ਦਿੱਤਾ ਸੀ। ਬਾਬਾ ਅਰਥਮੱਲ ਜੀ ਦੇ ਛੋਟੇ ਭਰਾ ਨੇ ਬਾਬਾ ਆਨੰਦ ਜੀ,
सतगुरां ने अपने हत्थां नाल चिट्ठी लिखी गुरु छेवें पातशाह ने भाई गढ़िया जी नूं पालकी साहब दे के भेजिया भी जाओ पालकी साहब लै के जाओ और पालकी साहब विच बिठा के लै के आओ बाबा जी नूं बाबा आनंद जी नूं। बाबा जी छेती छेती सिखां नूं लै के पालकी लै के सत संगत जी गोइंदवाल साहब की पवित्र धरती ते गए जिस धरती की बड़ी वड्डी वडियाई है। गज के आखो वाहेगुरु वाहेगुरु गोइंदवाल गोबिंदपुरी सम गोइंदवाल साहब रब की पुरी है गुरबाणी विच जी गोइंदवाल गोबिंदपुरी सम जलन तीर विपास बनायो। सत संगत जी गोइंदवाल साहब पहुंचे बाबा आनंद जी नूं नमस्कार कीती जाके सतगुरां दी चिट्ठी बाबा आनंद जी नूं दित्ती दी। बाबा आनंद जी चिट्ठी पढ़ के बहुते ही आनंद विच आ गए जी। मैं कल भी बेनती कीती सी आनंद दी कोई भी ज्ञानी नहीं कथा कर सकता जी। हाँ जी की दसांगे भी आनंद विच की महसूस हुंदा जी। इह ते कहो कबीर गूंगे गुड़ खाया पूछे ते क्या कही है। इह ते गुरमुखो गूंगे दे गुड़ खाण वाली गल हैगी है गूंगा दस नहीं सकता जी। हाँ ओदे चेहरे दे हाव भाव तो पता लग सकता भी इन्हें मिठा खादा इन्हें गुड़ खादा जी। आनंद वाली अवस्था दे मनुख दे चेहरे तो और शरीर तो इस गल का पता भी ये आनंद विच जी रहा जी। गज के आखो वाहेगुरु वाहेगुरु। बाकी जिंदगी विच आनंद उस दिन ही है जिस दिन सतगुरु जी मिल जान आनंद पया मेरी माए। हे मां हुण आनंद बन गया जिंदगी च क्यों सतगुरु मैं पाया हुण सतगुरु जी मिल गए जी। हाँ जी अरे तो अगे हुण अगला इतिहास सुनना। बाबा आनंद जी चिट्ठी पढ़ के बड़े आनंद विच आ गए ते नाले फिर आख्या बाबा गढ़िया जी नूं कहन लगे गढ़िया जी गुरु हरगोबिंद साहब खुद रब ने गुरु हरगोबिंद साहब खुद परमेश्वर ने। कहन लगे परमेश्वर हुंदिया होया भी आम मनुखा वांग जगत विच रह रहे आम मनुखा वांग कहन लगे आम मनुखा की तरह जिवें आम मनुख रहिंदे ने मानव लीला धार के विचर रहे ने सच्चे पातशाह खुद रब हो के इन्नी वड्डी वड्याई उन्हां दी अपनी है ते मैनू कहिंदे भी दर्शन दिओ। बाबा आनंद जी ने हुक्म मन के तैयारी की जी। गुरमुखो गुरु साहब ने भावें बेनती लिखी भी बेनती है सानू दर्शन दिओ पर बाबा आनंद जी ने उन्नू गुरु हरगोबिंद साहब का हुक्म ही मनिया जी भी ये मालक का हुक्म आया ते हुण बाबा जी श्री कीरतपुर साहब आ रहे ने गोइंदवाल साहब तो कीरतपुर साहब का सफर करनगे सच्चे पातशाह दे कोल आउणगे ਉਹ ਪ੍ਰਸੰਗ ਅੱਜ ਆਪਾਂ ਸਰਵਣ ਕਰਨਾ। ਸਾਰੀ ਸੰਗਤ ਦੋਵੇਂ ਹੱਥ ਜੋੜੋ ਆਖੋ ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਹੀ ਪ੍ਰੇਮ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੈ ਆਪਣੇ ਸੰਗ ਮਾਨਵ ਬ੍ਰਿੰਦ ਭਇਓ ਤਿਆਰ ਚਲਵੇ ਆਨੰਦ। ਬਾਬਾ ਜੀ ਬਾਬਾ ਆਨੰਦ ਜੀ ਆਪਣੇ ਨਾਲ ਸਿੱਖਾਂ ਨੂੰ ਲਿਆ ਗੋਇੰਦਵਾਲ ਸਾਹਿਬ ਦੀਆਂ ਸੰਗਤਾਂ ਨੂੰ ਲਿਆ। ਜਦੋਂ ਸੰਗਤਾਂ ਨੂੰ ਪਤਾ ਲੱਗਾ ਨਾ ਵੀ ਬਾਬਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਬਹੁਤ ਸਾਰੀਆਂ ਸੰਗਤਾਂ ਤਿਆਰ ਹੋ ਗਈਆਂ ਵੀ ਅਸੀਂ ਵੀ ਗੁਰੂ ਜੀ ਦੇ ਦਰਸ਼ਨ ਕਰਨੇ ਜੀ। ਗੋਇੰਦਵਾਲ ਸਾਹਿਬ ਦੀਆਂ ਬਹੁਤ ਸਾਰੀਆਂ ਸੰਗਤਾਂ ਬਾਬਾ ਆਨੰਦ ਜੀ ਦੇ ਨਾਲ ਤਿਆਰ ਹੋ ਗਈਆਂ ਜੀ ਕੀਰਤਪੁਰ ਸਾਹਿਬ ਆਉਣ ਵਾਸਤੇ। ਹਾਂਜੀ ਚੜੇ ਪਾਲਕੀ ਆਵਤ ਭਏ ਬਾਬਾ ਜੀ ਪਾਲਕੀ ਵਿੱਚ ਨਾ ਚੜਨ ਜੀ ਵੀ ਅਸੀਂ ਤੇ ਗੁਰੂ ਜੀ ਦੇ ਕੋਲ ਜਾਣਾ ਤੇ ਨੀਵੇਂ ਹੋ ਕੇ ਜਾਣਾ। ਹਾਂਜੀ ਪਰ ਬਾਬਾ ਗੜੀਆ ਜੀ ਆਉਣਾ ਆਖਿਆ ਵੀ ਇਹ ਤੇ ਗੁਰੂ ਜੀ ਦਾ ਹੁਕਮ ਹੈ ਜੀ ਤੁਹਾਨੂੰ ਪਾਲਕੀ ਵਿੱਚ ਚੜ੍ਹਨਾ ਹੀ ਪਏਗਾ ਪਾਲਕੀ 'ਚ ਸੱਜ ਕੇ ਤੁਸੀਂ ਉੱਥੇ ਜਾਓਗੇ ਨਹੀਂ ਤੇ ਮੇਰੀ ਜ਼ਿੰਮੇਵਾਰੀ ਨਹੀਂ ਪੂਰੀ ਹੁੰਦੀ। ਬਾਬਾ ਗੜੀਆ ਜੀ ਦੀ ਗੱਲ ਸੁਣ ਕੇ ਫਿਰ ਬਾਬਾ ਆਨੰਦ ਜੀ ਨੂੰ ਪਾਲਕੀ ਵਿੱਚ ਬੈਠਣਾ ਪਿਆ। ਪਾਲਕੀ ਵਿੱਚ ਬਾਬਾ ਜੀ ਸੱਜ ਕੇ ਪਾਲਕੀ ਚੁੱਕਣ ਵਾਲਿਆਂ ਨੇ ਮੋਢਿਆਂ 'ਤੇ ਪਾਲਕੀ ਰੱਖ ਲਈ ਪਾਲਕੀ ਦੇ ਅੱਗੇ ਪੜ੍ਹਦੇ ਸਨ
बाबा जी पालकी विच बैठे गुरु हरगोबिंद साहब जी का ध्यान धर लिया जी उन्हां। हां जी गड़िया अपर लोक संग लए बाबा जी, बाबा गड़िया जी पिछे पिछे पालकी दे, होर गोइंदवाल साहब दियां संगतां सारे पालकी दे पिछे पिछे ते कीरतपुर साहब नू सब संगतां जा रहियां ने। हां जी पहुंचे निकट जब सुध लए सच्चे पातशाह ने पहले ही सिख सावधान कीते सन, गज के आखो वाहिगुरु भाई वेखो किते पालकी आ रही होवे नाल होर मनुख होण, पता ते है ही सी सच्चे पातशाह अंतरजामी ने, पर गुरु जी नू खबर मिल गई महाराज ओ दूर पालकी आ रही है ते बाबा आनंद जी दी पालकी लगती है, क्यों नाल बाबा गड़िया जी ने। हां जी श्री गुरु हरगोबिंद तब गए जदों मालक सच्चे पातशाह गुरु हरगोबिंद साहब जी नू पता लगा ते सच्चे पातशाह तुरंत ही आ उठे जी। तुसी हुण महाराज दा कद वेखो भी 7.5 फुट उच्चा कद सी गुरु जी दा जी, महाराज आप छेती नाल उठे ते उस पासे वल तुर पे जिधर पालकी आ रही है जी। हां जी मिले जाए कर दूर अगारे हां जी तूषण तरे हटाए कहारे ते गज के आखो वाहिगुरु। ओ जिन्हां सिखां ने पालकी नू अपने मोढे ते चुकिया ना जी, महाराज सच्चे पातशाह नू वेख के वह बोलन लगे ते गुरु जी ने चुप दा इशारा कर दिता। महाराज कहिंदे चुप हो जाओ भाई। हां जी ओ चुप हो गए जी ते सच्चे पातशाह महाराज उन्हां नू कहन लगे भी पालकी साडे मोढे ते रख दिओ जी। अगले पासे गुरु हरगोबिंद साहब सच्चे पातशाह लग गए, हुण एक हिसाब लाओ सतगुरु जी दे बराबर दा कद विरलियां दा सीगा जी। हाँ जी हुण भी लम्मा एक अद्धा ही हुंदा जी ते पालकी एक पासों उच्ची हो गई जी। फिर गज के आखो वाहिगुरु पालकी एक पासों उच्ची हो गई, महाराज सच्चे पातशाह ने अपने मोढे ते पालकी रख ली जी। हां जी अपन कंध सिवका सो उठाई हां जी किसी रीत चाले अगवाई, सच्चे पातशाह ने अपने मोढे ते पालकी एक मनो रखा के ते महाराज सच्चे पातशाह चलन लग पे। वेखो बाबा आनंद जी का किन्ना सत्कार गुरु जी ने किया जी, गज के आखो वाहेगुरु। जिस गुरु हरगोबिंद साहब जी के दर्शनों वास्ते दुनिया तरसदी है जी भी सानू महाराज के दर्शन हो जाण, ते बहुत सारे पंडाल विच बैठी संगत यह सोचती होंगी सी भी मेरे वाल एक बार तक जाण गुरु हरगोबिंद साहब, मेरे वाल दृष्टि पा देण, मेरा भला हो जाए। ओ गुरु हरगोबिंद साहब बाबा आनंद जी की पालकी मोढ़े ते रख के लई जांदे जी। तुसीं आपे हिसाब लाओ सतगुरु श्री गुरु अमरदास साहब जी दे कुल दा किन्ना सत्कार करदे होणगे। गज के आखो धन श्री गुरु अमरदास साहब जी, धन श्री गुरु अमरदास साहब जी। महाराज सच्चे पातशाह ने अपने मोढ़े ते पालकी रखी ते सच्चे पातशाह जा रहे जी हुण। हां जी मान बढ़ावन हेत कृपाला, क्यों सच्चे पातशाह श्री गुरु अमरदास साहब जी दी कुल दा मान वधा रहे ने जी भी यह गुरु जी दी कुल है। हां जी तरे कंध पर मग मह चाला, पालकी अपने मोढे उत्ते चुकी है, रस्ते विच सच्चे पातशाह चल रहे ने, सारे सिख वेख वेख हैरान हो गए इस तरीके नाल पालकी ते सतगुरु ने बाबा बुढ़ा जी दी चुकी सीगी जी। हाँ जी बाबा जी दी पालकी महाराज ने चुकी सी इस तरीके ना। हाँ जी सारे सिख वेख वेख हैरान होण, बड़ा वधिया समा जिस गुरु हरगोबिंद साहब दे दर्शनां नू दुनिया तरसदी है जी, ओ तन गुरु हरगोबिंद साहब पालकी साहब लई जा रहे जी। हाँ जी जान्यो जब आनंद जी जैसे, आनंद जी ने वेख्या जी गज के आखो वाहेगुरु भी पालकी एक बनो उची हो गई है। हाँ जी उन्हां पर्दे तो बाहर होके वेख्या ते की वेखदे ने। हाँ जी पाए सूत अर्जन के जैसे, ते उन्हां वेख्या गज के आखो वाहेगुरु अर्जन रथ दे उत्ते बैठे सन ते श्री कृष्ण जी उन्हां दे सारथी बन गए सीगे जी। उन्हां नूं ओह समां चेते आ गया भी मैं ते आम बंदा मिट्टी दा पुतला, जगत दे मालक गुरु हरगोबिंद साहब मेरी पाडी पालकी नूं मोढा दे रहे ने। हां जी निमरी होन हेर गत मन की, हां जी इमही रीत पुरातन इनकी, ते बाबा आनंद जी सोच रहे भी इन्हां दी पुरातन ही रीत है, अपने सेवकां दा माण वधाउंदे ने ते अपने आप नूं नीवियां रखदे ने जी।
इन्हां दी पुरातन रीत, इन्हां दी पुरातन ही मर्यादा जी, ते हुण वाले की करदे भला? कज के आखो वाहिगुरू, सेवक जिथे मर्जी जान सानू वधिया गड्डी चाहीदी है जी, सेवक जिथे मर्जी तुरे फिरन जी, उन्हां दी सानू कोई परवाह नहीं हैगी। हां जी, तब ही कूद पालकी त्यागी। ते हुण बाबा आनंद जी भी अगो फिर सूझवान सन, गज के आखो वाहिगुरू, भी सतगुरु जी दी पालकी नू मेरा मोढा होना चाहीदा है, मेरी पालकी नू सतगुरु जी दा मोढा नहीं होना चाहीदा जी। बाबा जी, बाबा आनंद जी ने आख्या नहीं, बाबा बुढ़ा साहब ते बजुर्ग सन ना जी, जदों बाबा बुढ़ा साहब जी दी पालकी चुकी सी, ते बाबा बुढ़ा साहब कहन लग पे सन भी पालकी रख दियो, पालकी रख दियो, नहीं ते छाल मार देंगा जी। हाँ जी, ये बचन बाबा बुढ़ा जी ने आख्या सी, पर गुरमुखो बाबा आनंद जी ने आख्या नहीं जी। फिर जी जदों पता लगा पालकी गुरु हरगोबिंद साहब जी ने चुकी है, ते पालकी दे उत्ते मैं बैठा हाँ, विच बैठा हाँ, बाबा आनंद जी ने उसे वेले बाहर छाल मार दिती जी, कहन लगे ना ना मैं ते सेखा महाराज दा। हां जी, मिले परस्पर अत अनुरागी। ते गुरमुखो जय घुट के जाके गुरु हरगोबिंद साहब दे चरण फड़ ले जी। हां जी, सतगुरु के सरीत ते ने गुरसिखा की हर धूड़ दे, हम पापी भीगत पाहे, पर गुरमुखो गुरु के सिख इस रीत ते ने अपने सतगुर के बलिहार है। बाबा आनंद जी ने जाके चरणा ते हथ लाया, सच्चे पातशाह ने मोढ़िया तो चुक के ना गुरु हरगोबिंद साहब ने, ते बाबा आनंद जी नू अपने सीने नाल ला लिया, अपनी छाती नाल ला लिया, बड़ा ही प्यार कीता बाबा आनंद जी दे नाल। हां जी, जागते नरन बंजना कर हो। हां जी, अत प्रताप धर सब ते दुर हो। ते बाबा आनंद जी हथ जोड़ के कहन लगे, हे महाराज सच्चे पातशाह, जगत दे इन्ने वड्डे मालक, ते महाराज जगत दे जीवां नू ठग भी रहे हो, अज के आखो वाहेगुरु। महाराज क्यों आप जी इस तरह मनुखां दी रीत बना के रखी हो है, तुही ते मालक हो, तुही परमेश्वर हो सच्चे पातशाह। हां जी, एम उचरत ग्रह मोले आए। हां जी, रुचर प्रयंक बिशावन शाये। ते महाराज कहन बाबा जी अजे कीरतपुर साहब अपना डेरा आना आसन आना, ते तुही पालकी च बैठो। बाबा आनंद जी कहिंदे, महाराज जिन्ना बचन मनना सी मन लिया, हुण सच्चे पातशाह मैं तुहाडे नाल ही तुर के जाणा। गज के आखो वाहिगुरू, तुसीं तुर के जा रहे होवो, ते आपां पालकी ते चढ़े होईए, सच्चे पातशाह मैं ते तुर के ही जाणा जी। बाबा जी भी तुरन लग पे, ते गुरु हरगोबिंद साहब भी, ते भाई साहब लिखदे ने, ओह कहिंदे ने, गुरु साहब ते बाबा जी पता किवें तुरी जा रहे? सच्चे पातशाह ने बाबा आनंद जी दा हथ फड़िया होया जी, हथ जी इस तरह हथ च हथ नहीं पा लईदा जी, ते दो जिवें मिले यार कट्ठे हुंदे जी आपस विच, ते ओह हथ च हथ पा के तुरदे जी। सच्चे पातशाह महाराज बाबा आनंद जी दा हथ फड़ के ना जी इस तरह जी, ते बाबा आनंद जी दे नाल तुरे जा रहे जी, बाबा आनंद जी सतगुरु जी नाल तुरे जा रहे जी। हां जी, कर पूजा सन्मान बिठाए। ते इम उचरत ग्रह मोह ले गए, सच्चे पातशाह बचन बलास करदे बाबा आनंद जी नू अपने घर विच लै गए जी, जिथ जिस स्थान ते डेरा लाया सी। हां जी, और रुचक पर्यंक बिशावन छए, गज के आखो वाहिगुरू। सच्चे पातशाह सिखां नू कहन लगे, सिखो श्री गुरु अमरदास साहब जी दे पोतरा जी आए ने, कहन लगे सोहना बिस्तर बिछाओ, कहन लगे पलंगे ते सोहना बिस्तरा बिछाया, ते कर पूजा सन्मान बिठाए। सच्चे पातशाह ने बड़े सन्मान नाल, बड़े सत्कार नाल बाबा आनंद जी नू उस पलंगे उत्ते बिठाया जी। हां जी, मृदुल मधुर मुख बाक अलाए। ते मुख तो बड़े ही मृदुल बचन, बड़े मिठे बचन, बड़े कोमल बचन आखे, गज के आखो वाहिगुरू। ए भी गुरमुखो कई बंदे गल्लां नहीं करदे जी, गल्लां विच भी गल्लां ला ला दूजे नू सुणाउंदे जी, कईयां दा सुभाअ दूजा हुंदा जी, बिलकुल ही सख्त बोलदे जी। हां जी, ते कई गल्लां विच गल्लां ला ला सुणाउंदे जी। हां जी, पर सतगुरु जी बड़े मिठे मिठे बोल बोलन दे बाबा आनंद जी नाल, बाबा जी तुहाडा जी आया नू, तुहाडी वड्डी कमाई, तुसी गुरु अमरदास साहब जी दे पोतरे हो, ਤੁਸੀਂ ਵੱਡੇ ਬੜੇ ਵੱਡੇ ਹੋ, ਵੇਖੋ ਮਹਾਰਾਜ ਆਪ ਏਡੇ ਵੱਡੇ ਜੀ, ਪਰ ਬਾਬਾ ਆਨੰਦ ਜੀ ਨੂੰ ਵੱਡਾ ਕਹਿਣ ਦੇ ਜੀ। ਬੜੇ ਸਤਿਕਾਰ ਨਾਲ
सच्चे पातशाह ने बाबा नंद जी नूं पलंगे ते बिठाया जी। हां जी, बिरहा तुम्हारो पाचिर काला। ते महाराज हुण पता की बचन करन दे जी, अज के आखो वाहिगुरु। बाबा आनंद जी नूं बिठा के मंजे ते बिस्तरे ते ते आप एक पासे बैठ के बाबा जी नूं सराहणे वाले पासे बिठाया जी। बाबा जी आखण महाराज सराहणे वाले पासे आप जी बैठो। नहीं जी, तुसी वड्डे हो। कहन लगे तुसी गुरु अमरदास जी दे पोतरे हो। ਉਹ ਕਹਿਣ ਲੱਗੇ ਜੀ ਇਹ ਜੇ ਅਸੀਂ ਪੁੱਤਰ ਹਾਂ ਤਾਂ ਤੁਸੀਂ ਤੇ ਖੁਦ ਗੁਰੂ ਹੋ। ਖੱਜ ਕੇ ਆਖੋ ਵਾਹਿਗੁਰੂ, ਅਸੀਂ ਤੇ ਗੁਰੂ ਦੇ ਪੁੱਤਰ ਹਾਂ ਤੇ ਤੁਸੀਂ ਤੇ ਖੁਦ ਸਤਿਗੁਰੂ ਹੋ। ਪਰ ਮਹਾਰਾਜ ਆਪ ਦੂਜੇ ਪਾਸੇ ਬੈਠੇ ਜੀ। ਤੇ ਮਹਾਰਾਜ ਹੁਣ ਕਹਿਣ ਲੱਗੇ ਬਾਬਾ ਜੀ ਬਹੁਤ ਸਮਾਂ ਹੋ ਗਿਆ ਸੀ, ਅਸੀਂ ਤੁਹਾਡੇ ਨਾਲ ਮਿਲੇ ਨਹੀਂ ਸੀ। ਕਹਿਣ ਲੱਗੇ ਹਾਂਜੀ, ਨਹੀਂ ਮਿਲੇ ਮਨ ਪ੍ਰੇਮ ਵਿਸਾਲਾ। ਸਾਡੇ ਮਨ ਵਿੱਚ ਬੜਾ ਪ੍ਰੇਮ ਸੀ ਤੁਹਾਨੂੰ ਮਿਲਣ ਵਾਸਤੇ। ਹਾਂਜੀ, ਤਬ ਕੇ ਸੇਵਾ ਤੇ ਰਹਿ ਗਏ। ਉਰੋਂ ਦੇ ਸੇਵਾ ਕਰਨੇ ਚਾਹੁੰਦੇ ਸਾਂ ਪਰ ਸੇਵਾ ਹੋ ਨਹੀਂ ਸਕੀ। ਗੱਜ ਕੇ ਆਖੋ ਵਾਹਿਗੁਰੂ। ਆਪਾਂ ਰਿਸ਼ਤੇ ਦੇ ਵਿਚਾਰ ਕਰੀਏ ਜੀ। ਹਾਂਜੀ, ਬਾਬਾ ਮੋਹਰੀ ਜੀ ਮਾਤਾ ਜੀ ਦੇ ਮਾਤਾ ਭਾਨੀ ਜੀ ਦੇ ਭਰਾ ਸਨ ਜੀ। ਹਾਂਜੀ, ਅਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਮਾਮਾ ਜੀ ਲੱਗੇ ਜੀ। ਕੱਜ ਕੇ ਆਖੋ ਵਾਹਿਗੁਰੂ। ਜਿੱਥੇ ਮੈਂ ਗਲਤ ਹੋਵਾਂ ਮੈਨੂੰ ਦੱਸ ਦਿਓ, ਮੈਂ ਰਿਸ਼ਤਾ ਹੁਣੇ ਸੈੱਟ ਕਰਨ ਲੱਗਾ ਜੀ। ਹਾਂਜੀ, ਉਹ ਮਾਮਾ ਜੀ ਲੱਗੇ ਜੀ, ਬਾਬਾ ਮੋਹਰੀ ਜੀ ਗੁਰੂ ਅਰਜਨ ਸਾਹਿਬ ਜੀ ਦੇ ਮਾਮਾ ਜੀ ਲੱਗੇ ਜੀ। ਹਾਂਜੀ, ਮਾਮਾ ਜੀ ਲੱਗੇ ਜੀ, ਅਤੇ ਬਾਬਾ ਮੋਹਰੀ ਜੀ ਦੇ ਪੁੱਤਰ ਨੇ ਜੀ ਬਾਬਾ ਆਨੰਦ ਜੀ। ਹਾਂਜੀ, ਗੁਰੂ ਅਰਜਨ ਸਾਹਿਬ ਜੀ ਦੇ ਭਰਾ ਲੱਗੇ ਜੀ। ਹਾਂਜੀ, ਹੁਣ ਤੁਸੀਂ ਸਿਆਣੇ ਬੈਠੇ ਹੋ, ਗੁਰੂ ਅਰਜਨ ਸਾਹਿਬ ਜੀ ਦੇ ਭਰਾ ਨੇ ਜੀ। ਹਾਂਜੀ, ਦੂਸਰੇ ਪਾਸਿਓਂ ਇਹ ਦੱਸੋ ਵੀ ਹੁਣ ਬਾਬਾ ਆਨੰਦ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੀ ਲੱਗੇ ਜੀ। ਹਾਂਜੀ, ਤੁਸੀਂ ਸਿਆਣੇ ਬੈਠੇ, ਮੇਰਾ ਇਸ ਸਮੇਂ ਇੰਨਾ ਨਹੀਂ ਚੱਲ ਰਿਹਾ, ਤੁਸੀਂ ਦੱਸੋ ਸਿਆਣੇ ਬੈਠੇ ਵੀ ਕੀ ਰਿਸ਼ਤਾ ਨਿਕਲਦਾ ਜੀ। ਹਾਂਜੀ, ਤਾਇਆ ਜੀ ਪਿੱਛੋਂ ਆਵਾਜ਼ ਆਈ ਵੀ ਤਾਇਆ ਜੀ ਲੱਗੇ ਜੀ। ਗੱਜ ਕੇ ਆਖੋ ਵਾਹਿਗੁਰੂ। ਕਿਉਂ ਭਰਾ ਸਨ ਨਾ ਜੀ, ਭਰਾ ਸਨ ਤੇ ਫਿਰ ਤਾਇਆ ਜੀ ਲੱਗੇ ਜੀ। ਪਿਤਾ ਜੀ ਦੇ ਭਰਾ ਸਨ, ਪਿਤਾ ਜੀ ਦੇ ਭਰਾ ਸਨ ਗੁਰੂ ਅਰਜਨ ਸਾਹਿਬ ਦੇ ਭਰਾ ਸਨ। ਤਾਇਆ ਜੀ ਲੱਗੇ ਜੀ, ਤਾਇਆ ਜੀ। ਹੁਣ ਇਹ ਨਹੀਂ ਪਤਾ ਵੀ ਬਾਬਾ ਜੀ ਦੀ ਉਮਰ ਜਿਹੜੀ ਸੀਗੀ ਬਾਬਾ ਆਨੰਦ ਜੀ ਦੀ, ਉਹ ਗੁਰੂ ਅਰਜਨ ਸਾਹਿਬ ਜੀ ਤੋਂ ਛੋਟੀ ਸੀ ਕਿ ਵੱਡੀ ਸੀ, ਇਹ ਵੀ ਵੇਖਣਾ ਪੈਣਾ ਜੀ। ਪਰ ਖੈਰ, ਜੋ ਵੀ ਸੀ ਵੱਡੀ ਥਾਂ 'ਤੇ ਸਨ ਜੀ, ਦੁਨਿਆਵੀ ਰਿਸ਼ਤੇਦਾਰੀ ਤੋਂ ਜੀ, ਦੁਨਿਆਵੀ ਰਿਸ਼ਤੇਦਾਰੀ ਤੋਂ ਵੱਡੀ ਥਾਂ 'ਤੇ ਸਨ। ਤੇ ਗੁਰੂ ਹਰਗੋਬਿੰਦ ਸਾਹਿਬ ਤੇ ਖੁਦ ਗੁਰੂ ਹੀ ਸਨ ਨਾ ਜੀ, ਪਰਮੇਸ਼ਰ ਹੀ ਸਨ। ਅੱਜ ਕੇ ਆਖੋ ਵਾਹਿਗੁਰੂ। ਬੜੇ ਸਤਿਕਾਰ ਨਾਲ ਬਿਠਾਇਆ, ਕਹਿਣ ਲੱਗੇ ਬਾਬਾ ਜੀ ਅਸੀਂ ਤੁਹਾਡੀ ਸੇਵਾ ਕਰਨੀ ਚਾਹੁੰਦੇ ਸਾਂ ਪਰ ਸਮਾਂ ਹੀ ਨਹੀਂ ਸੀ ਐਸਾ ਬਣ ਰਿਹਾ। ਹਾਂਜੀ, ਕਬ ਹੂੰ ਭਈ ਨਹਿ ਕਾਂਖਾ ਕੀਏ। ਬੜੀ ਇੱਛਾ ਸੀਗੀ ਪਰ ਸਮਾਂ ਹੀ ਨਹੀਂ ਬਣਦਾ ਸੀਗਾ ਵੀ ਤੁਹਾਡੇ ਦਰਸ਼ਨ ਹੋਣ। ਹਾਂਜੀ, ਜਬ ਕੇ ਵਿਛੜੇ ਸੁਖ ਨਹਿ ਪਾਏਵ। ਹਾਂਜੀ, ਬਾਦ ਦੁੰਦ ਦਿੱਤ ਤੁਰਕ ਉਠਾਏ। ਜਦੋਂ ਦੇ ਵਿਛੜੇ ਸਾਂ ਕਿਤੇ ਤੁਰਕ ਆ ਜਾਂਦੇ ਸੀਗੇ, ਉਹਨਾਂ ਨਾਲ ਯੁੱਧ ਕਰਨਾ ਪੈਂਦਾ ਸੀਗਾ, ਉਹ ਜੰਗ ਯੁੱਧ ਦੇ ਸਮੇਂ ਕਰਕੇ ਸੇਵਾ ਕਰਨ ਦਾ ਸਮਾਂ ਨਹੀਂ ਲੱਗਾ ਸਾਨੂੰ। ਹਾਂਜੀ, ਹਮਕੋ ਆਪ ਜਾਣਤੇ ਕੈਸੇ। ਹਾਂਜੀ, ਕਰੁਣਾ ਕਰੋ ਬਤਾਵੋ ਤੈ। ਹੁਣ ਗੱਲ ਧਿਆਨ ਨਾ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਸਤਿਗੁਰੂ ਜੀ ਨੇ ਆਪ ਪੁੱਛਿਆ, ਕਿਉਂ ਮਹਾਰਾਜ ਨੂੰ ਪਤਾ ਹੈ ਵੀ ਰਿਸ਼ਤੇਦਾਰੀ 'ਚ ਬਾਬਾ ਆਨੰਦ ਜੀ ਸਾਡੇ ਤੋਂ ਵੱਡੀ ਥਾਂ 'ਤੇ ਨੇ ਜੀ, ਰਿਸ਼ਤੇਦਾਰੀ ਵਿੱਚ ਜੀ। ਮਹਾਰਾਜ ਕਹਿਣ ਲੱਗੇ, ਬਾਬਾ ਜੀ ਤੁਸੀਂ ਸਾਨੂੰ ਦੱਸੋ, ਤੁਸੀਂ ਸਾਨੂੰ ਕੀ ਮੰਨਦੇ ਹੋ ਆਪਣਾ ਜੀ, ਕੋਈ ਭਤੀਜਾ ਜਾਂ ਕੋਈ ਪਨੇਵਾ ਕੀ ਮੰਨਦੇ ਹੋ? ਹਾਂਜੀ, ਸੁਨਤ ਆਨੰਦ ਆਨੰਦ ਵਿਸਾਰੇ। ਬਾਬਾ ਆਨੰਦ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸੁਣ ਸੁਣੀ ਆਨੰਦ ਚ ਹੋਈ ਜਾਂਦੇ ਸੀ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਆਨੰਦ ਜੀ ਦਾ ਨਾਮ ਆਨੰਦ ਗੁਰੂ ਅਮਰਦਾਸ ਸਾਹਿਬ ਨੇ ਰੱਖਿਆ ਸੀਗਾ ਜੀ, ਤੇ ਨਾਲੇ ਆਖਿਆ ਸੀ ਵੀ ਸਾਰੀ ਜ਼ਿੰਦਗੀ ਆਨੰਦ ਹੀ ਬਣਿਆ ਰਹੇਗਾ ਜੀ, ਇਹਨਾਂ ਨੂੰ ਆਨੰਦ ਹੀ ਬਣਿਆ ਰਹੇਗਾ। ਹਾਂਜੀ, ਸਾਨੂੰ ਤੇ ਨਿਤਨੇਮ ਕਰਦਿਆਂ ਥੋੜ੍ਹੀ ਜਿਹੀ ਸੁਰਤ ਜੁੜ ਜਾਏ ਤਾਂ ਆਪਾਂ ਕਹਿ ਦਿੰਦੇ ਜੀ ਆਨੰਦ ਆ ਗਿਆ ਜੀ, ਅਤੇ ਉਹ ਥੋੜ੍ਹਾ ਜਿਹਾ ਆਨੰਦ ਕਈ ਵਾਰੀ ਬੰਦੇ ਨੂੰ ਸਾਰੀ ਉਮਰ ਹੀ ਚੇਤਾ ਰਹਿੰਦਾ ਜੀ। ਅਤੇ ਬਾਬਾ ਆਨੰਦ ਜੀ ਤੇ ਰਹਿੰਦੇ ਹੀ ਆਨੰਦ ਵਿੱਚ ਹੁੰਦੇ ਸੀਗੇ ਜੀ, ਆਨੰਦ 'ਚ ਹੀ ਰਹਿਣਾ ਜੀ। ਬਾਬਾ ਆਨੰਦ ਜੀ ਐ ਆਨੰਦ ਵਿੱਚ ਭਰ ਗਏ ਜੀ,
ते अगों गुरु हरगोबिंद साहब नूं बेनती कीती हथ जोड़ के जी आपां वी जोड़िए हथ ते आखो धन गुरु हरगोबिंद साहब जी महाराज धन श्री गुरु हरगोबिंद साहब जी हुण बाबा जी बेनती करन लगे ने हांजी प्रेम मगन हवै कहत उताले बड़े प्रेम विच उतावले होके ना जी आनंद विच प्रेम विच उतावले होके ते बाबा आनंद जी कहन लगे हांजी श्री गुरु नानक अंगद रूप हाथ जोड़ के कहन लगे महाराज सच्चे पातशाह जगत दे मालक ने श्री गुरु नानक देव साहब जी गज के आखो धन गुरु नानक देव साहब जी धन श्री गुरु नानक देव साहब जी सारे संसार ने गुरु अंगद देव साहब जी नू गुरु नानक साहब जी दा रूप मन्या जी हांजी तृतीये श्री गुरु अमर अनूप ते तीसरे सतगुरु ने धन श्री गुरु अमरदास साहब सारे जगत ने उन्हां नूं भी गुरु नानक साहब दा ही रूप मन्या जी ते मेरे दादा जी सन जी ओ गज के आखो धन गुरु अमरदास साहब जी महाराज सच्चे पातशाह सारे जगत ने उन्हां नूं गुरु नानक साहब जी दा ही रूप मन्या भी गुरु नानक साहब ही ने हांजी सतगुर रामदास श्री अर्जन फिर सच्चे पातशाह उन्हां तों बाद तुहाडे दादा जी आए जी श्री गुरु रामदास साहब जगत ने उन्हां नूं भी गुरु नानक साहब जी दा रूप मन्या जी फिर तुहाडे पिता जी आए तो असीं वी ते पूरा जगत ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਮੰਨਦਾ ਹੈ ਹਾਂਜੀ ਹਰ ਗੋਬਿੰਦ ਖਸ਼ਟਮ ਤੁਮ ਤਿੰਨ ਤਨ ਤੇ ਗੱਜ ਕੇ ਆਖੋ ਵਾਹਿਗੁਰੂ ਮਹਾਰਾਜ ਸਾਡੇ ਵਾਸਤੇ ਗੁਰੂ ਅੰਗਦ ਸਾਹਿਬ ਵੀ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਸਾਹਿਬ ਵੀ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਵੀ ਗੁਰੂ ਨਾਨਕ ਸਾਹਿਬ ਸਤਿਗੁਰੂ ਗੁਰੂ ਅਰਜਨ ਸਾਹਿਬ ਵੀ ਗੁਰੂ ਨਾਨਕ ਸਾਹਿਬ ਤੇ ਸੱਚੇ ਪਾਤਸ਼ਾਹ ਮੇਰੇ ਵਾਸਤੇ ਕੀ ਸਾਰੇ ਜਗਤ ਵਾਸਤੇ ਤੁਸੀਂ ਵੀ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਹੋ ਕਹਿਣ ਲੱਗੇ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸੱਚੇ ਮਹਾਰਾਜ ਜੀ ਕਹਿੰਦੇ ਵੀ ਤੁਸੀਂ ਸਾਨੂੰ ਕੀ ਮੰਨਦੇ ਹੋ ਉਹ ਤਾਂ ਪੁੱਛਣਾ ਪਿਆ ਵੀ ਦੁਨਿਆਵੀ ਰਿਸ਼ਤੇਦਾਰੀ ਤਾਂ ਨਹੀਂ ਚੇਤੇ ਵਿੱਚ ਵਸੀ ਜੀ ਹਾਂਜੀ ਪਰ ਬਾਬਾ ਆਨੰਦ ਜੀ ਕਹਿਣ ਲੱਗੇ ਮਹਾਰਾਜ ਤੁਹਾਨੂੰ ਗੁਰੂ ਨਾਨਕ ਦੇਵ ਜੀ ਦਾ ਰੂਪ ਮੰਨਦੇ ਹਾਂ ਤੁਸੀਂ ਗੁਰੂ ਨਾਨਕ ਸਾਹਿਬ ਹੋ ਸੱਚੇ ਪਾਤਸ਼ਾਹ ਹਾਂਜੀ ਪਾਰ ਬ੍ਰਹਮ ਕੀ ਜੋਤ ਗਹੀਲਾ ਓਹੋ ਹੀ ਜੋਤ ਪਾਰ ਬ੍ਰਹਮ ਦੀ ਗਹੀਲੀ ਜੋਤ ਆਪ ਨਿੱਜੀ ਜੋਤ ਸੀ ਗੁਰੂ ਨਾਨਕ ਸਾਹਿਬ ਓਹੋ ਹੀ ਜੋਤ ਸੱਚੇ ਪਾਤਸ਼ਾਹ ਤੁਸੀਂ ਹੋ ਹਾਂਜੀ ਧਰ ਮਾਇਆ ਤਨ ਠਾਨਤ ਲੀਲਾ ਇਹ ਤੇ ਸੱਚੇ ਪਾਤਸ਼ਾਹ ਮਾਇਆ ਹੀ ਇੱਕ ਤਰ੍ਹਾਂ ਦੀ ਤੁਸੀਂ ਧਾਰਨ ਕੀਤੀ ਹੈ ਗੱਜ ਕੇ ਆਖੋ ਵਾਹਿਗੁਰੂ ਲੀਲਾ ਧਾਰਨ ਕੀਤੇ ਕਿਤੇ ਸਰੀਰ ਬਣਾ ਲਿਆ ਗੁਰੂ ਅਮਰਦਾਸ ਜੀ ਦਾ ਕਿਤੇ ਸਰੀਰ ਬਣਾ ਲਿਆ ਗੁਰੂ ਅਰਜਨ ਸਾਹਿਬ ਜੀ ਦਾ ਹੁਣ ਛੇਵਾਂ ਰੂਪ ਬਣਾ ਕੇ ਬੈਠੇ ਹੋ ਹੈਗੇ ਸੱਚੇ ਪਾਤਸ਼ਾਹ ਤੁਸੀਂ ਗੁਰੂ ਨਾਨਕ ਸਾਹਿਬ ਹੀ ਹੋ ਕਹਿਣ ਲੱਗੇ ਹਾਂਜੀ ਕਰੋ ਚਰਿੱਤਰ ਬਚਿੱਤਰ ਉਦਾਰੇ ਬਾਕੀ ਸੱਚੇ ਪਾਤਸ਼ਾਹ ਸਾਡੀ ਬੁੱਧੀ ਵਿੱਚ ਤੁਹਾਡੇ ਜਿਹੜੇ ਵਿਚਿੱਤਰ ਚਰਿੱਤਰ ਨੇ ਉਹ ਸਾਡੀ ਬੁੱਧੀ ਵਿੱਚ ਨਹੀਂ ਆ ਸਕਦੇ ਹਾਂਜੀ ਨਰ ਹੇਰਤ ਭਰਮਤ ਹੈ ਸਾਰੇ ਇਹ ਤਾਂ ਐਵੇਂ ਮਨੁੱਖੀ ਭਰਮਾਂ ਚ ਪਏ ਵੀ ਗੁਰੂ ਨਾਨਕ ਸਾਹਿਬ ਹੋਰ ਤੇ ਗੁਰੂ ਹਰਗੋਬਿੰਦ ਸਾਹਿਬ ਹੋਰ ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਵਾਸਤੇ ਤੇ ਤੁਸੀਂ ਗੁਰੂ ਨਾਨਕ ਸਾਹਿਬ ਹੋ ਗੁਰਮੁਖੋ ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ ਨਾ ਜੀ ਮਹਾਰਾਜ ਦਾ ਬਚਨ ਮੰਨ ਕੇ ਬਾਬਾ ਆਨੰਦ ਜੀ ਦੇ ਪਿਤਾ ਜੀ ਨੇ ਉਹਨਾਂ ਨੂੰ ਮੱਥਾ ਟੇਕਿਆ ਸੀ ਬਾਬਾ ਮੋਹਰੀ ਜੀ ਨੇ ਮਹਾਰਾਜ ਨੇ ਕਿਹਾ ਸੀ ਮੋਹਰੀ ਜੀ ਤੁਸੀਂ ਕੀ ਸਮਝ ਕੇ ਇਹਨਾਂ ਨੂੰ ਮੱਥਾ ਟੇਕਿਆ ਹਾਂਜੀ ਕਿਉਂ ਰਿਸ਼ਤੇ ਵਿੱਚ ਤੇ ਜੀਜੇ ਵਾਲਾ ਰਿਸ਼ਤਾ ਸੀਗਾ ਜੀ ਅਤੇ ਫਿਰ ਬਾਬਾ ਮੋਹਰੀ ਜੀ ਨੇ ਕਿਹਾ ਮਹਾਰਾਜ ਅਸੀਂ ਤੁਹਾਨੂੰ ਵੀ ਗੁਰੂ ਨਾਨਕ ਸਾਹਿਬ ਦਾ ਰੂਪ ਮੰਨਦੇ ਹਾਂ ਅੱਜ ਤੋਂ ਬਾਅਦ ਇਹ ਵੀ ਸਾਡੇ ਵਾਸਤੇ ਗੁਰੂ ਨਾਨਕ ਸਾਹਿਬ ਹੀ ਨੇ ਕਹਿਣ ਲੱਗੇ ਸਤਿਗੁਰੂ ਸੁਣ ਕੇ ਬੜੇ ਖੁਸ਼ ਹੋਏ ਮਹਾਰਾਜ ਕਹਿੰਦੇ ਮੋਹਰੀ ਜੀ ਅੱਗੇ ਤਾਂ ਤੁਸੀਂ ਸਾਡੇ ਪੁੱਤ ਸੀ ਅੱਜ ਤੁਸੀਂ ਸਾਡੇ ਸਿੱਖ ਬਣ ਕੇ ਕਹਿਣ ਲੱਗੇ ਜੀ ਇਹਦਾ ਮਤਲਬ ਪਹਿਲਾਂ ਸਿੱਖ ਨਹੀਂ ਪਹਿਲਾਂ ਪੁੱਤ ਸਨ ਅੱਗੇ ਪੁੱਤ ਸੀ ਅੱਜ ਤੁਸੀਂ ਸਾਡੇ ਸਿੱਖ ਬਣ ਗਏ ਹੋ ਨਾਲੇ ਬਚਨ ਕੀਤਾ ਸੀ ਮੋਹਰੀ ਤੂੰ ਸਭ ਦਾ ਹੀ ਮੋਹਰੀ ਹੋਇਓ ਕਹਿਣ ਲੱਗੇ ਹਾਂਜੀ ਮੋਹਰੀ ਜੀ ਦੇ ਪੁੱਤਰ ਨੇ ਬਾਬਾ ਆਨੰਦ ਜੀ ਖੇਡਦੇ ਉਹ ਹੀ ਹੈ ਜੀ ਪਿਛਲੀ ਕਹਿਣ ਲੱਗੇ ਮਹਾਰਾਜ ਤੁਸੀਂ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਕਹਿਣ ਲੱਗੇ ਹਾਂਜੀ ਹਮ ਜਾਣੇ ਹੈ ਮਾਇਆ ਤੇ ਪਰੈ ਹਾਂਜੀ ਤੁਮ ਅਲੰਬ ਹੋਏ ਜਗ ਕੋ ਕਰੈ ਹੈ ਸੱਚੇ ਪਾਤਸ਼ਾਹ ਸਾਨੂੰ ਪਤਾ ਤੁਸੀਂ ਮਾਇਆ ਤੋਂ ਪਰੇ ਹੋ ਤੁਹਾਨੂੰ ਜਗਤ ਵਿੱਚ ਕੋਈ ਮਾਇਆ ਨਹੀਂ ਵਿਆਪਦੀ ਇੱਥੋਂ ਤੱਕ
माया भी तुहाडे आसरे टिकी हुई है। गज के आखो वाहेगुरू, यह जेड़ी माया नू शक्ति मिली तुहाडी मिली हुई सच्चे पातशाह। हां जी, निर्विकार गुणहीन अलेप, तुसी निर्विकार हो सच्चे पातशाह, जगत दी माया तो अलेप रहिंदे हो, जिहड़े ते कृपा कर दियो ओ भी अलेप रहिंदा है। हां जी, तुमरे मह विस्तार संक्षेप, सच्चे पातशाह गरीब नवाज तुहाडा विस्तार नहीं कीता जा सकदा। गज के आखो वाहेगुरु, तुही गुरु हरगोबिंद साहब गुरु नानक साहब जी दा रूप हो, तुहाडी सिफत तुहाडे गुणां दा विस्तार मैं नहीं कर सकदा। ए बाबा आनंद जी कह रहे जी, हां जी, तुम बिन अपर ना दूजर माने, हे सच्चे पातशाह अहीं तुहाडे तो बगैर होर किहे नूं नहीं मन्नदे। गज के आखो वाहेगुरु, ए बाबा आनंद जी तो सिख्या लैण वाली गल है, ए नहीं भी इत्थे भी ते उत्थे भी जी, उत्थे भी ते गांह भी जी, गांह भी ते उर तों गांह भी जी, थां थां ते भटकण वाले बंदे किहे टिकाणे नहीं पहुंचदे जी, इक थां ते टिकणा पैंदा। महाराज सच्चे पातशाह अहीं ते रब दे दर्शन तुहाडे विचों करदे आं, तुसीं रब हो परमेश्वर हो सच्चे पातशाह, तुम बिन अपर ना दूसर मन है। आपां वी आखीए, तुम बिन अपर ना दूसर मन है, 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 तुम बिन अपर ना दूसर मन है। जिन्हू आख्या गया तुम्हें छाड़ कोई अवर ना त्याऊ, जो बर चाहो सो तुम ते पाऊ, ओ ही गल है। तुम बिन अपर ना दूसर मन है, तुम बिन अपर ना दूसर मन है, तुम बिन अपर ना दूसर मन है, तुम बिन अपर ना दूसर मन है। तन तन श्री गुरु हर गोबिंद जी, तन तन श्री गुरु हर गोबिंद जी, तन तन श्री गुरु हर गोबिंद जी, तन तन श्री गुरु हर गोबिंद जी। हे सच्चे पातशाह गरीब नवाज, असी तुहाडे तो बगैर होर किहे नूं नहीं मन्नदे। हां जी, सब को जानो इम हम जाने, सच्चे पातशाह सानू पता है तुसी जगत दे मालक हो महाराज। सच्चे पातशाह गुरु जी दी तुहाडी कृपा नाल सानू इस गल दा ज्ञान है। हां जी, अद्भुत कहियो ना जाए चरित्र, सच्चे पातशाह तुहाडे चरित्र अहीं की दस सकते हैं, क्योंकि गुरु हरगोबिंद साहब जो कहन लगे भी सानू मन्नदे की हो तुसी। गज के आखो वाहेगुरु, किते बाबा आनंद जी दुनियावी रिश्ता तो नहीं रख के आए जी, ये भी गल जे गुरु घर विच आउणा ते दुनियावी रिश्ते माण पदवियां सब कुछ त्याग के आउणा पएगा जी, तां ही खुशियां मिलदियां जी। हाँ जी, जिन्ना चिर तक दुनियावी माण है, अपनी गुरु नाल रिश्तेदारी दा ही माण है, तां वी गल नहीं बनेगी जी। गुरु अमरदास साहब को दो आ गए जी, कहन लगे महाराज तुसीं वी भले ते अहीं वी भले, कहन लगे महाराज सानू तां नाम जपण दी लोड़ नहीं। कहिंदे महाराज, कहिंदे क्यों? सच्चे पातशाह तुसीं वी भले ते अहीं वी भले। महाराज कहिंदे भाई, इत्थे भले मिलण नाल गल नहीं बननी, इत्थे बंदगी करनी पैणी। कहन लगे इत्थे हुक्म मनना पैणा। फिर महाराज ने कहा, महाराज कहन लगे अगै जात ना जोर है, अगै जियो नवे। हाँ जी, अगे ना जात जानी ते ना बंदे दा दुनियावी जोर ही जाना जी कोई जी। हाँ जी, सच्चे पातशाह महाराज दे दर विच ओही अगे वाली खेड इत्थे हैगी है जी। इत्थे माण ओह पाउणगे जेहड़े दुनिया दा माण छड के आउणगे जी। होए निमाणा ढह पवै पूरे सतगुर पास, निमाणे होके ढह पैणगे बड़ा वड्डा माण प्राप्त करनगे। बाबा जी आनंद जी ते बड़ी सोझी वाले सन, ढह पए सच्चे पातशाह अगे। हां जी, कहन सुनत ते होए पवित्र, महाराज तुहाडे चरित्र असी कह नहीं सकदे सच्चे पातशाह, पर एक गल है, हां कुछ समय तुहाडियां सिफतां करके अहीं पवित्र जरूर हो सकदे हां जी।
साडा समा जरूर सफला हो सकता तुहाडियां सारियां सिफतां नहीं अहीं कर सकते। हां जी एम आनंद ते सुन कर काने सच्चे पातशाह महाराज ने बाबा आनंद जी दे बचन सुने भी बाबा आनंद जी ने बड़ी निम्रता वाले बचन कीते ने। हां जी श्री गुरु हरगोबिंद मुस्काने ते आखो धन गुरु हरगोबिंद साहिब जी महाराज गल ते बचना दी है जी बाबा जी ने बचन ही ऐसे कीते जी सतगुरु गुरु हरगोबिंद साहिब खुश हो गए जी बचन सुन के भी इन्हां ने दुनियावी माण नूं त्यागिया रिश्तेदारी नहीं अपनी अगे रखी जी। हां जी तुम आनंद हो लहो आनंद गज के आखो वाहेगुरु महाराज कहिंदे तुहाडा नाम आनंद है तुहानू मिल के सानू भी बड़ा आनंद आया कहन लगे सतगुरु जी ने बचन किया महाराज कहिंदे तुहाडा नाम आनंद है ते तुहानू मिल के सानू भी बड़ा आनंद आया कहन लगे क्यों कई मनुखां विच गुण ऐसे हुंदे जी उन्हां दे दर्शन उन्हां नाल गल्लबात करके रूह ठंडी हो जांदी जी सतगुरु जी ते पहले ही ठंडे ने जी पर सानू सिखिया जी सानू सिखिया महाराज कहिंदे तुहानू मिल के ते सानू भी बड़ा आनंद आया कहन लगे। हां जी सुजस बिलंद संपूर्ण चंद महाराज कहन लगे तुहाडा सुजस होएगा दुनिया विच लोक तुहानू याद करिया करनगे तुहाडियां तरीफां होणगियां हाथ जोड़ो ते आखो धन बाबा आनंद जी। हां जी वेख लो रिश्तेदार बंदे वड्डे महापुरशां कोलों गुरमुखो बहुता लाभ नहीं उठाउंदे जी रिश्तेदार हो गए जान पछाण वाले हो गए दोस्त हो गए वह कहिंदे साडा ही है वह इसे गल विच ही रहिंदे जी उपदेश सुन के लाभ तो वह लेंदे ही नहीं जी। हाँ जी बाबा आनंद जी ने महाराज कहन लगे तुहाडा सुजस होया करेगा। हाँ जी पुन सब संगत मह नर फेरा खैर सारी संगत विच एक मनुख नू भेजिया सच्चे पातशाह ने। हाँ जी सब अकोर आनो इस बेरा महाराज कहन लगे जाओ भाई सारी संगत नू दसो श्री गुरु अमरदास साहब दे पोतरे बाबा आनंद जी साडे कोल आए ने कहन लगे सारियां संगतां इत्थे आउण। हां जी श्री आनंद की पूज चढ़ावो खाली हाथ कोई ना आए कहन लगे बाबा आनंद जी वास्ते कोई ना कोई भेटा भी लैके आउण सारे। हां जी फल आनंद ही जिसते पावो बाबा आनंद जी नूं भेटावां चढ़ाओ कोई ना कोई वस्तु चढ़ाओ जेड़ा जेड़ा वस्तु चढ़ाएगा ओनू भी आनंद आएगा कहन लगे। हां जी सुन गुर आग्या को सब आए ते गुरु के सिख ने जाके नगरी विच दसता भाई सिखो सतगुरां दी हजूरी विच श्री गुरु अमरदास साहिब दे पोतरे बाबा आनंद जी आए ने ते गुरु जी दा हुक्म है खाली हथ नहीं किसे ने आउणा कुछ ना कुछ लैके आयो। हां जी अनेक उपायन को अर पाए सुन के सारी नगरी दे कठे हो गए ते हर कोई कुछ ना कुछ लैके आया जी। हां जी माया ब्रिंद चढ़ी को हेर बाबा जी दे सामने ते माया दा ढेर लग गया जी। हां जी कहो आनंद भगत जी फेर ते गज के आखो वाहेगुरु आनंद भगत जी ने भाव बाबा आनंद जी ने माया दा ढेर वेख्या जी ढेर लग गया जी ते मैं अपने बंदियां दी गल करां समेत अपनी गल करां जिन्ना वड्डा माया दा ढेर साडे अगे सानू ओनी खुशी होएगी जी ये गल सच्ची चे दी साडे अगे जिन्ना वड्डा ढेर लगता जाएगा अहीं ओंदे खुश जी ते जिथे कोई चढ़ी नहीं माया ही नहीं अगे होई ते अहीं उदास भी हो जाने हाँ जी ये ते प्रोग्राम ही नहीं किसे काम दा जी ऐसा कह दिंदे हाँ जी बाबा आनंद जी दे अगे माया दा ढेर लग गया जी ते बाबा आनंद जी ने हाथ जोड़ के गुरु हरगोबिंद साहब नू बेनती कीती ये पूजा सब तुम्हें सुहात हे सच्चे पातशाह गरीब नवाज अहीं ते तुहाडे सिख हां तुहाडे कोलो दातां लैण वाले हां सतगुरु गुरु हरगोबिंद साहब ए माया तुहानू ही शोभदी है गज के आखो वाहेगुरु त्यागी होना सौखी गल नहीं हैगी जी। हां जी ओह भी पूजा दी माया दा त्याग करना तो रोखा हैगा जी महाराज माया तुहानू ही शोभदी है सच्चे पातशाह। हां जी जग गुर समरथ हो सब भांत महाराज तुही जगत दे मालक हो समरथ हो तुसी इस माया नू वरत सकदे हो। हां जी रूप दरिद्र हम है दिख पर हाथ जोड़ो ते आखो धन बाबा आनंद जी। बाबा आनंद जी ने पता की आख्या जी बाबा आनंद जी कहन लगे महाराज मैनू ते इस माया तो डर ही आउंदा जी। महाराज कहिंदे बाबा जी की गल है
कहन लगे रूप दरिद्र हम है देख पर महाराज सानू ये दरिद्रता ही विखन दई है जी, आलस विखन दई है, जिनी माया वध हो जाएगी ओने सुख वधी जाने जी, जिन्हें सुख बदे उन्ना बंदे ने आलसी हो जाना जी, ते फिर कितों वाहेगुरु जपया जाना जी। हाँ जी, फिर नहीं जपया जाना, पहला पहला ही है जिहड़ा जपया जाए जी। एक बार सुख मिल जाए फिर बंदा सुखां विच ही पै जांदा जी। हाँ जी, ताइयो सुख हिसाब दे मिले तो बंदा ठीक रहिंदा जी। बहुते सुख भी बंदे नूं आलसी बना देंदे जी, आलसी बना देंदे। महाराज ए इन्नी बड़ी माया आलस दा ही रूप है सच्चे पातशाह। हां जी, नह कबहूं कर शुवन करे। महाराज सच्चे पातशाह मैं ते आप कदी हाथ भी नहीं लाया इस माया नूं, गज के आखो वाहेगुरु ते हे मेरे वाहेगुरु। हां जी, क्या ही नहीं जा सकता जी। कथा दा मुल करके जावे जिहड़ा बंदा जी, कीर्तन दा मुल करके जावे ते ओरे तो ते कीर्तन ना ही कराउणा चंगी गल जी। ਉਹਨੇ ਕੀਰਤਨ ਕਰਨ ਹੀ ਆਉਣਾ ਸਾਡੇ ਘਰ ਜੀ, ਉਹਨੇ ਵਪਾਰ ਕਰਨ ਆਉਣਾ ਜੀ, ਵਪਾਰ ਕਰਨ ਤੇ ਵਪਾਰੀ ਬੰਦੇ ਤੋਂ ਸਾਨੂੰ ਕੀ ਸੁੱਖ ਹੈ ਜੀ। ਹਾਂਜੀ, ਜਿਹੜਾ ਪਹਿਲਾਂ ਹੀ ਠੋਕ ਕੇ ਹੀ ਆਖੇ ਵੀ 5500 ਲੈਣਾ, 5500 ਲੈਣਾ, ਸਮਝ ਲਿਓ। ਹਾਂਜੀ, ਜਿਹੜੇ ਮਹਾਂਪੁਰਸ਼ ਹੁੰਦੇ ਸਨ ਇੱਥੇ ਨਾ ਦਰਬਾਰ ਸਾਹਿਬ ਦੇ ਇੱਕ ਗ੍ਰੰਥੀ ਹੋਏ ਜੀ, ਹਰਿਮੰਦਰ ਸਾਹਿਬ ਦੇ, ਗੱਜ ਕੇ ਆਖੋ ਵਾਹਿਗੁਰੂ। ਨਾਮ ਤੇ ਉਹਨਾਂ ਦਾ ਵਿਸਰ ਗਿਆ ਜੀ, ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲਿਆਂ ਦੇ ਡੇਰੇ ਵਿੱਚ ਉਹਨਾਂ ਦਾ ਆਸਣ ਹੁੰਦਾ ਸੀਗਾ, ਨਾਮ ਸ਼ਾਇਦ ਉਹਨਾਂ ਦਾ ਪੂਰਨ ਸਿੰਘ ਸੀ। ਬਾਬਾ ਸ਼ਾਮ ਸਿੰਘ ਜੀ ਦੇ ਸਮਕਾਲੀ ਸਨ ਜੀ, ਹੈਗੇ ਬੜੀ ਭਗਤੀ ਵਾਲੇ ਸਨ, ਬੜੇ ਪਿਆਰ ਵਾਲੇ ਤੇ ਤਿਆਗ ਵਾਲੇ ਤੇ ਬੈਰਾਗ ਵਾਲੇ ਸਨ ਜੀ। ਹਾਂਜੀ, ਤੇ ਉਹਨਾਂ ਬਾਹਰ ਕਥਾ ਕਰਨ ਜਾਣੀ ਤੇ ਬੜੀ ਮਾਇਆ ਉਹਨਾਂ ਨੂੰ ਇਕੱਠੀ ਹੋ ਜਾਣੀ ਜੀ, ਬੜੀ ਮਾਇਆ ਇਕੱਠੀ ਹੋ ਜਾਣੀ। ਹੈ ਤੇ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਸੀ ਉਹ, ਪਰ ਉਹਨਾਂ ਵਿੱਚ ਅਵਸਥਾ ਤੋਂ ਅੱਗੇ ਬਾਬਾ ਸ਼ਾਮ ਸਿੰਘ ਜੀ ਉਹਨਾਂ ਤੋਂ ਅੱਗੇ ਸਨ ਜੀ, ਜਿਨ੍ਹਾਂ ਨੇ ਦਰਬਾਰ ਸਾਹਿਬ 3 ਪਹਿਰੇ ਦਾ ਕੀਰਤਨ ਕੀਤਾ, ਅਵਸਥਾ 'ਚੋਂ ਅੱਗੇ ਸਨ ਜੀ। ਉਹ ਇੱਕ ਦਿਨ ਕਹਿਣ ਲੱਗੇ ਗ੍ਰੰਥੀ ਸਿੰਘ ਜੀ, ਇਹ ਮਾਇਆ ਤੁਸੀਂ ਜਿੰਨੀ ਵੀ ਲੈ ਲੈਂਦੇ ਹੋ ਇਹ ਸਭ ਜ਼ਹਿਰ ਰੂਪ ਹੈ। ਉਹ ਕਹਿੰਦੇ ਅੱਛਾ ਜੀ। ਕਹਿਣ ਲੱਗੇ ਹਾਂ। ਕਹਿਣ ਲੱਗੇ ਜੀ ਫਿਰ ਅਸੀਂ ਕੀ ਕਰੀਏ। ਕਹਿਣ ਲੱਗੇ ਪਰ ਮੈਨੂੰ ਇੱਕ ਮਾਣ ਹੈ ਤੁਹਾਡੇ 'ਤੇ, ਤੁਸੀਂ ਸਿਆਣੇ ਗਿਆਨੀ ਹੋ। ਜਿਹੜਾ ਸਿਆਣਾ ਵੈਦ ਹੋਵੇ ਨਾ ਜੀ, ਉਹ ਜ਼ਹਿਰ ਨੂੰ ਵੀ ਦਵਾਈ ਦੇ ਰੂਪ 'ਚ ਕੰਮ ਕਰ ਜਾਂਦਾ ਜੀ, ਜ਼ਹਿਰ ਦੀ ਵੀ ਦਵਾਈ ਬਣਾ ਲੈਂਦਾ ਜੀ, ਔਸ਼ਧੀ ਬਣਾ ਲੈਂਦਾ ਜੀ ਉਹਦੀ। ਕਹਿਣ ਲੱਗੇ ਨਾਲ ਨਾਲ ਜਪ ਤਪ ਕਰੀ ਚੱਲੋ, ਭਜਨ ਬੰਦਗੀ ਕਰੀ ਚੱਲੋ, ਇਹ ਜਿੰਨਾ ਜ਼ਹਿਰ ਹੈ ਸਾਰਾ ਦਵਾਈ ਬਣ ਜਾਏਗਾ। ਕਹਿਣ ਲੱਗੇ ਇੰਨੀ ਗੱਲ ਤਾਂ ਹੋ ਗਈ ਜੀ, ਪਰ ਹੋਰ ਦੀ ਅੱਗੇ ਗੱਲ ਕੀਤੀ, ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ ਪਰ ਗਿਆਨੀ ਜੀ ਇੱਕ ਗੱਲ ਦਾ ਧਿਆਨ ਰੱਖਿਓ, ਸਿਆਣਾ ਬੰਦਾ ਬਹੁਤੀ ਦਵਾਈ ਵੀ ਨਹੀਂ ਖਾਂਦਾ। ਕਹਿਣ ਲੱਗੇ ਜਿੰਨੀ ਕੁ ਲੋੜ ਹੈ ਦਵਾਈ ਵੀ ਓਨੀ ਖਾਈ ਦੀ ਜੀ, ਦਵਾਈ ਵੀ ਨਹੀਂ ਜ਼ਿਆਦਾ ਖਾਈ ਦੀ, ਇਹ ਜਿੰਨੀ ਕੁ ਮਾਇਆ ਦੀ ਲੋੜ ਹੈ ਓਨੀ ਕੁ ਵਰਤਿਓ, ਬਾਕੀ ਰਹਿਣ ਦਿਓ। ਕਹਿਣ ਲੱਗੇ ਬਾਕੀ ਰਹਿਣ ਦਿਓ, ਨਹੀਂ ਤਾਂ ਦੁੱਖ ਦਾ ਕਾਰਨ ਬਣ ਜਾਂਦੀ ਹੈ। ਕਥਾ ਸੁਣਾ ਲੈਣੀ ਤਾਂ ਸੌਖੀ ਹੈ ਜੀ, ਛੱਡਣੀ ਮਾਇਆ ਬੜੀ ਔਖੀ ਹੈਗੀ ਜੀ। ਹੱਥੋਂ ਛੁਟਕੀ ਤਨ ਸਿਆ ਹੋ ਹੋਆ, ਬਦਨ ਜਾਏ ਕੁਮਲਾਏ ਜੀ, ਬਦਨ ਜਾਏ ਕੁਮਲਾਏ। ਉਹ ਕਹਿਣ ਲੱਗੇ ਪਹਿਲੀ ਗੱਲ ਜ਼ਹਿਰ ਨੂੰ ਦਵਾਈ ਬਣਾ ਲਓ, ਦੂਜੀ ਗੱਲ ਦਵਾਈ ਵੀ ਜ਼ਿਆਦਾ ਨਹੀਂ ਖਾਣੀ ਜੀ, ਉਹ ਵੀ ਹਿਸਾਬ ਦੀ ਰੱਖਣੀ, ਸੀਮਾ ਵਿੱਚ ਜੀਵਨ ਆਪਣਾ ਰੱਖਣਾ, ਤੁਹਾਡੇ ਅੰਦਰ ਦੀ ਅਵਸਥਾ 'ਤੇ ਕੋਈ ਫਰਕ ਨਹੀਂ ਪਏਗਾ ਜੀ। ਬਾਬਾ ਆਨੰਦ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਮਹਾਰਾਜ, ਮੈਂ ਤੈਨੂੰ ਜ਼ਹਿਰ ਰੂਪ ਜਾਣਦਾ ਹਾਂ, ਮਹਾਰਾਜ ਮੈਂ ਹੱਥ ਨਹੀਂ ਲਾਉਂਦਾ ਇਹਨੂੰ। ਹਾਂਜੀ, ਸੁਣ ਗੁਰ ਭੰਨਿਓ ਅਬ ਇਹ ਲੀਜੈ। ਮਹਾਰਾਜ ਕਹਿੰਦੇ ਨਹੀਂ, ਇਹ ਸੰਗਤ ਦੀ ਮਾਇਆ, ਇਹ ਤੇ ਲੈਣੀ ਪਏਗੀ ਤੁਹਾਨੂੰ, ਰੱਖ ਲਓ ਇਹ। ਹਾਂਜੀ, ਨਿਜ ਕਰਤੇ ਕਿਸ ਹੂੰ ਬਖਸ਼ੀਜੈ, ਅੱਗੋਂ ਤੁਹਾਡੀ ਮਰਜ਼ੀ ਹੈ, ਆਪਣੇ ਹੱਥਾਂ ਨਾਲ ਇਹ ਮਾਇਆ ਕਿਸੇ ਹੋਰ ਨੂੰ ਦੇ ਦਿਓ। ਕਹਿਣ ਲੱਗੇ ਇੱਕ ਵਾਰੀ ਲੈ ਲਓ, ਅੱਗੋਂ ਕਿਸੇ ਹੋਰ ਨੂੰ ਵੰਡ ਦਿਓ, ਤੁਹਾਡੀ ਆਪਣੀ ਮਰਜ਼ੀ ਹੈ। ਹਾਂਜੀ, ਤਬ ਆਨੰਦ ਨਹਿ ਬਾਕ ਹਟਾਇਓ। ਬਾਬਾ ਆਨੰਦ ਜੀ ਨੇ ਸਤਿਗੁਰਾਂ ਦਾ ਬਚਨ ਨਹੀਂ ਮੋੜਿਆ, ਵੀ ਖੁਦ ਪਰਮੇਸ਼ਰ ਨੇ ਬਚਨ ਨਹੀਂ ਮੋੜਨਾ ਸਤਿਗੁਰੂ ਜੀ ਦਾ। ਹਾਂਜੀ, ਮਾਨ ਸਿੰਘ ਕੋ ਨਿਕਟ ਬੁਲਾਇਓ, ਤੇ ਬਾਬਾ ਜੀ ਦੇ ਪੁੱਤਰ ਮਾਨ ਸਿੰਘ ਉਹਨਾਂ ਨੂੰ ਕੋਲ ਬੁਲਾਇਆ ਜੀ ਉਹਨਾਂ ਨੇ। ਹਾਂਜੀ, ਧਨ ਦੇ ਕਰ ਸਮਝਾਏ ਸੁਣਾਇਓ, ਤੇ ਧਨ ਦੇ ਕੇ ਨਾਲ ਸਮਝਾਇਆ, ਪੁੱਤਰ ਸਾਡੀ ਗੱਲ ਧਿਆਨ ਨਾਲ ਸੁਣੋ, ਆ ਪਹਿਲਾਂ ਤੇ ਮਾਇਆ ਰੱਖ ਲਓ ਸਾਰੀ, ਵੇਖੋ ਇੱਕ ਕਿਣਕਾ ਵੀ ਨਹੀਂ ਮਾਇਆ ਦਾ ਲਿਆ ਜੀ, ਗੱਜ ਕੇ ਆਖੋ ਵਾਹਿਗੁਰੂ।
किनका भी माया दा नहीं लिया, किनका भी दी। हां जी, हे सुत बित लिहो भोग पुगायो, इनू रख लो जिन्नी कु लोड़ है वरत लो, बाकी गां वंड दियो। कहन लगे हां जी, सुख पावो तुम लेख सो माथे, लै लो सुख प्राप्त करो एरे नाल। हां जी, मन भावत भोगो धन साथे, जिथे महसूस हुंदी उथे ए माया वरत लो, ते बाकी चेता रखो। कहन लगे जिन्नी कु लोड़ है वरत लो, बाकी तुही भी अगे दे दो। कहन लगे अगे दे दो, लोड़वंद नू दे दियो ए माया। हां जी, केतक दिन राखे पन पास, महाराज सच्चे पातशाह ने कुछ दिन बाबा आनंद जी नू कोल रखिया। बड़े वधिया वधिया पदार्थ सच्चे पातशाह छकाउंदे रहे, आप थाले विच परोसणे भी गुरु अमरदास साहब जी दे परिवार नू आपां आप छकाउणा जी। आप सच्चे पातशाह उहनां दी सेवा करदे रहे। ए सारा कुछ सानू करके दसिया गुरु जी ने जी। सानू गुरु जी नू की लोड़ है जी, सानू सिख्या दिती भाई इस तरीके नाल गुरमुख महापुरख रब दे प्यारे सिख संत दी सेवा करनी है। हां जी, भांत भांत के बाक प्रकाश ते नाले बड़े भांत भांत दे बड़े वधिया वधिया बचन भी सच्चे पातशाह ने बाबा आनंद जी दे नाल कीते जी। हां जी, सुन कहै बिदा भए जो आनंद, ए फिर कुछ दिन बाद बाबा आनंद जी ने उथो आग्या मंगी ते गुरु जी ने विदा कर दिता जी। गज के आखो वाहिगुरू वाहिगुरू। गुरमुखो, जेड़ा बंदा ते सतगुरु वल मुख रखेगा, सूरज वल मुख रखेगा, परछावी माया उहदे पिछे पिछे रहेगी जी। ते जिन्हें सूरज वल कीती पिठ ते परछावी वल कर लिया मुख, परछावा अगे अगे ते बंदा पिछे पिछे जी, माया अगे अगे लगी रहेगी ते बंदा दौड़दा फिरेगा जी। माटी को पुत्रा कैसे नचत है, देखे देखे सुने बोले दौरे फिरत है। हां जी, माया गई तब रोवन लगत है। महाराज कहिंदे मिट्टी दा पुतला रोंदा भी जे, कदों जदों माया चले जांदी है। ते हसदा करो जब कछ पावै तब गर्भ करत है, जदों कुछ मिले फिर माण भी बड़ा करदा। गज के आखो वाहिगुरू। जे को सिख पुजारी है, जे कोई सिख पुजारी है, सोभी पूजा बहुत नग है, तन निर्भा मात्र ही लेवे, इन्नी क लवे जिन्ना उरे शरीर दा गुजारा हो जाए जी, नहीं ते अंदर दा रस खराब हो जाएगा सारा जी। तन निर्भा मात्र ही लेवे, बहुती होए ना देग करावे, जां फिर गुरु द्वार पर लावे। बहुती होवे ते कड़ा प्रसाद करावे, लंगर करावे, ते जां फिर गुरुद्वारे ला दे। कहन लगे हां जी, जे ये काम नहीं करदा कठी करी जाएगा, ते रहत नामिया दे बोल ने माया वरत वरत के जेड़ा दुख ओनू होया ओही जानेगा। कहन लगे दूजे नू नहीं पता लगेगा। गज के आखो वाहिगुरु। पर ये कथा करनी सौखी हैगी है जी, निर्लेप होना बड़ा औखा हैगा जी। सतगुरु कृपा करन, बाबा आनंद जी निर्लेप सन जी माया तो, ते बड़े बड़े त्यागी महात्मा होए जी, जेडे एक थां ते बैठे बंदगी करी गए, आपे दुनिया माया रख दी गई, ते चुकन वाले आपे चुकते रहे जी अगों जी, ओना वेख्या तक नहीं उस पासे। हां जी, सुन कहे बिदा भए जो आनंद, बाबा आनंद जी चले ने बड़े आनंद विच चले, आए भी बड़े आनंद विच, जिन्हां नूं महाराज ने आख्या सी भी रहो गई आनंद च जी, आए भी आनंद विच ते चले भी आनंद विच जी। हां जी, करे परस्पर महद आनंद, सतगुरु जी ने मिल के वड्डा आनंद प्राप्त कीता, सिखा ने दर्शन करके वड्डा आनंद प्राप्त कीता। हां जी, हित असवारी सिवका दीन, सच्चे पातशाह ने महाराज नू पक्की पालकी दे दित्ती जी। गज के आखो वाहिगुरु। महाराज नू भाव बाबा आनंद जी नू जी मुखों निकल गया, बाबा आनंद जी नू पक्की पालकी दे दित्ती भी जाओ इधर उधर जाण वास्ते वाहन दी ते लोड़ है ही है, ते तुही आनंद च रिहा करो, नाल सिख दित्ते जी, तुहाडा इन्ना काम है भी तुही बाबा जी नू पालकी ते लई फिरना जी। ओ पालकी पक्की दे दित्ती जी। हां जी, पुन भाई गढ़िया संग कीन, नाल गोंदवाल साहब तक जाण वास्ते भाई गढ़िया जी दी ड्यूटी लाई भी तुही चलो उथों तक। हां जी, गोइंदवाल जाए पहुंचाए, गोइंदवाल साहब तक बाबा जी भाई गढ़िया जी ने पहुंचाया उथों तक। हां जी, सब सो मिल गुर सुजस अलाए, सारिया नाल मिल के बाबा आनंद जी ने गुरु जी दी बड़ी तारीफ कीती,
ते बाबा गढ़िया जी नूं आख्या भी पालकी साहब लै जाओ हुण गज के आखो वाहिगुरु ਉਹ ਕਹਿਣ ਲੱਗੇ ਜੀ ਇਹ ਪਾਲਕੀ ਤੇ ਗੁਰੂ ਜੀ ਨੇ ਤੁਹਾਨੂੰ ਭੇਟਾ ਕਰ ਦਿੱਤੀ ਤੇ ਤੁਹਾਡੇ ਕੋਲ ਹੀ ਰਹਿਣੀ ਹੈ ਇੱਧਰ ਉੱਧਰ ਜਾਣ ਦੀ ਤੇ ਲੋੜ ਹੈਗੀ ਹੈ ਨਾ ਜੀ ਹਾਂਜੀ ਤੇ ਲੋੜ ਹੈਗੀ ਹੈ ਇਸ ਕਰਕੇ ਤੁਸੀਂ ਇਹਦੇ ਵਿੱਚ ਰਹੋ ਹਾਂਜੀ ਅਬਲਗ ਧਰੀ ਪਾਲਕੀ ਸੋਈ ਭਾਈ ਸੰਤੋਖ ਸਿੰਘ ਜੀ ਲਿਖਦੇ ਗੁਰੂ ਕੇ ਸਿੱਖੋ ਅੱਜ ਤੱਕ ਉੱਥੇ ਉਹ ਪਾਲਕੀ ਸਾਹਿਬ ਪਈ ਹੈ ਹਾਂਜੀ ਫੇਰ ਨਮੋ ਠਾਨਤ ਸਭ ਕੋਈ ਸਭ ਸੰਗਤਾਂ ਉਸ ਪਾਲਕੀ ਸਾਹਿਬ ਦੇ ਦਰਸ਼ਨ ਕਰਕੇ ਨਮਸਕਾਰ ਕਰਦੀਆਂ ਨੇ ਹਾਂਜੀ ਸ਼੍ਰੀ ਹਰਗੋਬਿੰਦ ਜੀ ਦੀਨ ਕਿਹੜੀ ਪਾਲਕੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਆਨੰਦ ਜੀ ਨੂੰ ਉਹਨਾਂ ਦਾ ਤਿਆਗ ਬੈਰਾਗ ਵੇਖ ਕੇ ਦਿੱਤੀ ਸੀਗੀ ਜੀ ਤਿਆਗੀ ਬੰਦੇ ਨੂੰ ਸਗੋਂ ਜ਼ਿਆਦਾ ਕੁਛ ਮਿਲ ਜਾਂਦਾ ਜੀ ਗੱਜ ਕੇ ਆਖੋ ਵਾਹਿਗੁਰੂ ਹਾਂਜੀ ਅਤੇ ਲੋਭੀ ਬੰਦੇ ਨੂੰ ਕੱਖ ਵੀ ਨਹੀਂ ਮਿਲਦਾ ਜੀ ਕਿਉਂ ਉਹਦਾ ਲੋਭ ਦਾ ਭਾਂਡਾ ਭਰਨਾ ਹੀ ਨਹੀਂ ਹਾਂਜੀ ਗੋਇੰਦਵਾਲ ਧਰੀ ਦੁੱਤ ਭੀਨ ਅੱਜ ਤੱਕ ਉਹ ਸੁੰਦਰ ਪਾਲਕੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੁਭਾਈਮਾਨ ਹੈ ਹੁਣ ਇਹਦੇ ਤੋਂ ਅਗਲੀ ਜਿਹੜੀ ਕਥਾ ਹੈ ਉਹ ਆਪਾਂ ਫਿਰ ਕੱਲ੍ਹ ਨੂੰ ਸਰਵਣ ਕਰਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਕਿਰਪਾ ਕਰੇ ਜ਼ਿੰਦਗੀ 'ਚ ਕਿਤੇ ਸਾਨੂੰ ਵੀ ਆਨੰਦ ਪ੍ਰਾਪਤ ਹੋਵੇ ਗੱਜ ਕੇ ਆਖੋ ਵਾਹਿਗੁਰੂ ਅਤੇ ਆਨੰਦ ਮਿਲਣਾ ਕਰੋ ਹੈ ਜਦੋਂ ਪੂਰੇ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਜਾਵਾਂਗੇ ਜੀ ਆਨੰਦ ਪਿਆ ਮੇਰੀ ਮਾਏ ਆਨੰਦ ਪਿਆ ਮੇਰੀ ਮਾਏ ਆਨੰਦ ਪਿਆ ਮੇਰੀ ਮਾਏ ਆਨੰਦ ਪਿਆ ਮੇਰੀ ਮਾਏ ਆਨੰਦ ਪਿਆ ਮੇਰੀ ਆਨੰਦ ਪਿਆ ਮੇਰੀ ਮਾਏ ਕਦੋਂ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤਾਂ ਆਨੰਦ ਹੈ ਇੱਥੇ ਮੈਂ ਪਾਇਆ ਕਈ ਕਹਿਣਗੇ ਜੀ ਹੰਕਾਰ ਵਾਲਾ ਬਚਨ ਨਹੀਂ ਇਹ ਉੱਤਮ ਮਾਣ ਹੈ ਜੀ ਜ਼ਿੰਦਗੀ 'ਚ ਸਤਿਗੁਰੂ ਮਿਲ ਗਏ ਆਪਣੇ ਸਤਿਗੁਰੂ ਉੱਤੇ ਮਾਣ ਹੈ ਜੀ ਇਹਨੂੰ ਕਹਿੰਦੇ ਉੱਤਮ ਮਾਣ ਹੋਣਾ ਉੱਤਮ ਮਾਣ ਹੋਣਾ ਸੱਚੇ ਪਾਤਸ਼ਾਹ ਕਰਨ ਕਿਰਪਾ ਦਇਆ ਕਰਨ ਜ਼ਿੰਦਗੀ 'ਚ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੇ ਹੀ ਰਹੀਏ ਕਹੋ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧੰਨ ਅਤੇ ਫਿਰ ਆਪਾਂ ਖਿਮਾ ਮੰਗੀਏ ਸਾਵਧਾਨ ਹੋਵੋ ਹੱਥ ਜੋੜੋ ਆਖੋ ਸਾਰੇ ਧੰਨ ਧੰਨ ਸਤਿਗੁਰੂ ਹਮਾਰਾ ਧੰਨ ਧੰਨ ਸਤਿਗੁਰੂ ਹਮਾਰਾ ਧੰਨ ਧੰਨ ਸਤਿਗੁਰੂ ਹਮਾਰਾ ਧੰਨ ਧੰਨ ਸਤਿਗੁਰੂ ਹਮਾਰਾ ਕੈਸੇ ਧੰਨ ਨੇ ਆਪ ਸਮਰੱਥ ਹੋ ਕੇ ਮਾਲਕ ਹੋ ਕੇ ਅਤੇ ਬਾਬਾ ਆਨੰਦ ਜੀ ਦੀ ਪਾਲਕੀ ਨੂੰ ਆਪ ਮੋਢਾ ਦੇ ਰਹੇ ਨੇ ਜੀ ਧੰਨ ਧੰਨ ਸਤਿਗੁਰੂ ਹਮਾਰਾ 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 ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਸਤਿਗੁਰੂ ਜ਼ਿੰਦਗੀ ਵਿੱਚ ਮਿਹਰਾਂ ਕਰਨ ਬਖਸ਼ਿਸ਼ਾਂ ਕਰਨ ਸਦਾ ਹੀ ਆਪਣੀਆਂ ਮਿਹਰਾਂ ਨਾਲ ਸਾਨੂੰ ਨਿਵਾਜਦੇ ਰਹਿਣ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰ ਦਿਓ ਜੀ ਅਗਲਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ